ਗੁਰ ਸਿੱਖੀ ਸੋ ਥਾਨ ਪਾਲਿਆ, ਗੁਰ ਸਿੱਖੀ ਸੋ ਥਾਨ ਪਾਲਿਆ, ਲੈ ਧੁਰ ਮੁਖ ਲਾਵਾ, ਧੁਰ ਮੁਖ ਲਾਵਾ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਜਿੱਥੇ जी, वाहगुरु जी की कृपा ते गुरु जी के बचन शस्त्रन के अधीन है। राज अनुसार अज तुसी शस्त्र विद्या विच निपुण हो गए हो। चुकार अजहमा हीलते दर गुजस्त, हलाल अस्त बुर्दन बा शमशीर दस्त। जदों सारे हीले वसीले मुक जान ता कृपान दे दस्ते नु हथ पाउणा जायज है। गुरु दे सिंगो तैयार हो जाओ, बहादुरी विखाउण ਤੇ ਧਰਮ ਦੀ ਖਾਤਰ ਕੁਰਬਾਨੀ ਦੇਣ ਦਾ ਵੇਲਾ ਆ ਗਿਆ ਹੈ। ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਿੱਚ ਜਾ ਰਲਣ ਤੋਂ ਰੋਕਣ ਲਈ ਆ ਰਿਹਾ ਹੈ। ਉਸ ਕੋਲ ਤੋਪਾਂ ਨੇ, ਬੰਦੂਕਾਂ ਨੇ, ਘੋੜੇ, ਹਾਥੀ ਤੇ ਲੜਾਈ ਵਿੱਚ ਮਾਹਰ ਸੈਨਾ ਹੈ, ਜਿਸ ਦੇ ਮੁਕਾਬਲੇ ਸਾਡੇ ਕੋਲ ਨਾ ਤਾਂ ਪੂਰੀਆਂ ਬੰਦੂਕਾਂ ਹੀ ਨੇ ਤੇ ਨਾ ਹੀ ਹੋਰ ਹਥਿਆਰ। ਖਾਲਸਾ ਜੀ, ਅਸੀਂ ਧਰਮ ਪਿੱਛੇ ਲੜਨ ਵਾਲੇ ਯੋਧੇ ਹਾਂ। ਅਸੀਂ ਵਾਹਿਗੁਰੂ ਦਾ ਨਾਮ ਲੈ ਕੇ ਟਾਕਰਾ ਕਰਾਂਗੇ। ਤਾਂ ਕੀ ਹੋਇਆ ਸਿੰਘ ਜੀ, ਜੇ ਸਾਡੇ ਕੋਲ ਤੋਪਖਾਨਾ ਨਹੀਂ ਹੈ, ਸਾਡੇ ਕੋਲ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਂ ਦੀ ਤਾਕਤ ਹੈ। ਅਸੀਂ ਆਪਣਾ ਸੀਸ ਕਟਵਾ ਦਿਆਂਗੇ ਪਰ ਪਿੱਛੇ ਨਹੀਂ ਹਟਾਂਗੇ। ਜਥੇਦਾਰ ਜੀ, ਸਾਡੇ ਕੋਲ ਲੜਾਈ ਦਾ ਜਜ਼ਬਾ ਹੈ, ਮਕਸਦ ਹੈ। ਗੁਰੂਆਂ, ਸਾਹਿਬਜ਼ਾਦਿਆਂ ਤੇ ਸਿੰਘਾਂ ਦੀਆਂ ਸ਼ਹਾਦਤਾਂ ਦਾ ਬਦਲਾ ਲੈਣ ਦਾ ਜਜ਼ਬਾ। ਸਦੀਆਂ ਤੋਂ ਹੋ ਰਿਹਾ ਅਤਿਆਚਾਰ ਹੁਣ ਖਤਮ ਹੋ ਕੇ ਹੀ ਰਹੇਗਾ। ਵਾਹਿਗੁਰੂ ਦੇ ਸਿੰਘ ਸਰਦਾਰੋ, ਮੈਂ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਜੀ ਦੀਆਂ ਖਾਲਸਾ ਫੌਜਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਜਲਾਲੂਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਲਣ ਵਾਲੇ ਜੱਲਾਦਾਂ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੇ ਸ਼ਹਿਰ ਸਮਾਣੇ ਨੂੰ ਮਲੀਆ ਮੇਟ ਕਰ ਦਿੱਤਾ ਹੈ। ਸਾਰੇ ਜੱਲਾਦਾਂ ਦੇ ਸਿਰ
ਤੜ ਨਾਲੋਂ ਵੱਖ ਕਰ ਦਿੱਤੇ ਗਏ ਨੇ। ਅੱਗੇ ਵੱਧ ਕੇ ਖਾਲਸਾ ਫੌਜ ਨੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ। ਜੋ ਕੋਈ ਵੀ ਖਾਲਸੇ ਦੀ ਕਿਰਪਾਨ ਅੱਗੇ ਅੜਿਆ ਸੋ ਦਿੱਤਾ ਗਿਆ। ਆਸ ਪਾਸ ਦੇ ਸਾਰੇ ਲੋਕ ਜੋ ਜ਼ਾਲਿਮ ਮੁਗਲ ਹਾਕਮਾਂ ਤੇ ਜ਼ਿਮੀਦਾਰਾਂ ਦੇ ਸਤਾਏ ਹੋਏ ਸਨ, ਸਾਰੇ ਆਪਣੇ ਘਰਾਂ ਚੋਂ ਹਥਿਆਰ ਲੈ ਕੇ ਨਿਕਲ ਆਏ ਤੇ ਬਾਬਾ ਜੀ ਦੀਆਂ ਫੌਜਾਂ ਨਾਲ ਆ ਮਿਲੇ। ਜ਼ਾਲਮਾਂ ਦੀਆਂ ਸਾਰੀਆਂ ਹਵੇਲੀਆਂ ਅੱਗ ਦੀ ਭੇਟਾ ਕਰ ਦਿੱਤੀਆਂ ਗਈਆਂ ਨੇ। ਜੋ ਖਾਲਸੇ ਦੀ ਦੇਗ ਤੋਂ ਬਚ ਗਏ ਉਹ ਹਮੇਸ਼ਾ ਲਈ ਸ਼ਹਿਰ ਛੱਡ ਕੇ ਨੱਸ ਗਏ। ਪੰਜ ਪਿਆਰਿਆਂ ਵਿੱਚੋਂ ਭਾਈ ਫਤਿਹ ਸਿੰਘ ਜੀ ਦੀ ਬਹਾਦਰੀ ਤੋਂ ਖੁਸ਼ ਹੋ ਕੇ ਬਾਬਾ ਜੀ ਨੇ ਉਹਨਾਂ ਨੂੰ ਸਮਾਣੇ ਅਤੇ ਉਸਦੇ ਨਾਲ ਲੱਗਦੇ 9 ਪਰਗਣਿਆਂ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ ਹੈ ਤੇ ਆਪ ਫੌਜ ਲੈ ਕੇ ਅੱਗੇ ਵੱਧ ਗਏ। ਇਸ ਤੋਂ ਬਾਅਦ ਖਾਲਸਾ ਜੀ ਨੇ ਪਾਣੀਪਤ, ਪੁਣੇ, ਕੈਥਲ, ਕੁੜਾਮ, ਠਸਕਾ, ਸ਼ਾਹਬਾਦ, ਮੁਸਤਾਬਾਦ ਤੇ ਕਈ ਹੋਰ ਥਾਵਾਂ ਤੇ ਜਿੱਥੇ ਕਿਤੇ ਵੀ ਲੋਕਾਂ ਨੇ ਜ਼ਾਲਿਮ ਹਾਕਮਾਂ ਖਿਲਾਫ਼ ਸ਼ਿਕਾਇਤ ਕੀਤੀ, ਖਾਲਸਾ ਫੌਜ ਨੇ ਅੱਗੇ ਵੱਧ ਕੇ ਸਾਰੇ ਹਾਕਮ ਸੋਧ ਦਿੱਤੇ। ਬੰਗਾਣੀ ਦੀ ਲੜਾਈ ਵਿੱਚ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰਨ ਵਾਲੇ ਪੀਰ ਬੁੱਧੂ ਸ਼ਾਹ ਦੇ ਕਤਲ ਦਾ ਬਦਲਾ ਵੀ ਲੈ ਲਿਆ ਗਿਆ ਹੈ ਤੇ ਸਮਾਣੇ ਵਾਂਗਰਾਂ ਸਡੋਰੇ ਨੂੰ ਵੀ ਢਾ ਕੇ ਢੇਰੀ ਕਰ ਦਿੱਤਾ ਗਿਆ ਹੈ। ਉੱਥੋਂ ਦੇ ਹਾਕਮ ਉਸਮਾਨ ਖਾਨ ਦਾ ਵੱਟਿਆ ਹੋਇਆ ਸਿਰ ਵੇਖ ਕੇ ਸ਼ਹਿਰ ਦੇ ਸਤਾਏ ਹੋਏ ਹਿੰਦੂਆਂ ਨੇ ਦੀਵਾਲੀ ਵਾਂਗ ਤਿਉਹਾਰ ਮਨਾਇਆ। ਹੁਣ ਸਿੰਘਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਉਹ ਸਰਹੰਦ ਨੂੰ ਜਿੱਤੇ ਬਗੈਰ ਇੱਕ ਪਲ ਵੀ ਆਰਾਮ ਨਹੀਂ ਕਰਨਾ ਚਾਹੁੰਦੇ। ਗੁਰੂ ਦੇ ਸਿੰਘੋ, ਸਮਾਣੇ ਤੇ ਸਡੋਰੇ ਨੂੰ ਜਿੱਤ ਕੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਪਾਂ ਅਤੇ ਬੰਦੂਕਾਂ ਪ੍ਰਾਪਤ ਹੋ ਚੁੱਕੀਆਂ ਨੇ ਉੱਥੇ ਫੌਜ ਦੀ ਤਾਦਾਦ ਵਧਾਉਣ ਲਈ ਤੁਹਾਡੀ ਲੋੜ ਹੈ। ਸੋ ਸਿੰਘੋ, ਵਾਹਿਗੁਰੂ ਜੀ ਦਾ ਨਾਂ ਲੈ ਕੇ ਆਪਣੀਆਂ ਆਪਣੀਆਂ ਤਲਵਾਰਾਂ ਮਿਆਨਾਂ ਵਿੱਚੋਂ ਧੂ ਲਵੋ ਤੇ ਚੜ ਜਾਓ ਭੁੱਖੇ ਸ਼ੇਰ ਵਾਂਗ। ਤੁਸਾਂ ਇਸ ਸ਼ੇਰ ਮੁਹੰਮਦ ਖਾਨ ਨਾਂ ਦੀ ਕੰਧ ਨੂੰ ਢਾ ਕੇ ਅੱਗੇ ਜਾਣਾ ਹੈ ਤੇ ਬਾਬਾ ਬੰਦਾ ਸਿੰਘ ਦੀ ਫੌਜ ਵਿੱਚ ਸ਼ਾਮਿਲ ਹੋਣਾ ਹੈ। ਸੋ ਖਾਲਸਾ ਜੀ, ਬੁਲਾਓ ਜੈਕਾਰਾ ਬੋਲੇ।